ਮੈਂ ਡਾਕਟਰ ਜਤਿੰਦਰ ਮਲੋਤਰਾ ਮੈਨੇਜਿੰਗ ਡਾਇਰੈਕਟਰ ਦਾ ਕਾਰਪੋਰੇਟ ਹਸਪੀਟਲ ਬਟਾਲਾ ਰੋਡ ਅੰਮ੍ਰਿਤਸਰ ਸਭ ਤੋਂ ਪਹਿਲਾਂ ਇਹ ਖਬਰ ਅੱਜ ਤੱਕ ਤੇ ਦਰਪਨ ਟੀਵੀ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਦੀਵਾਲੀ ਦੇ ਮੌਕੇ ਤੇ ਸਾਰੇ ਸ਼ਹਿਰ ਵਾਸੀਆਂ ਵਾਸਤੇ ਸਾਡੇ ਕੋਲ ਮੈਸੇਜ ਲੈਣ ਆਏ ਔਰ ਮੇਰਾ ਹਰ ਤਰ੍ਹਾਂ ਦੀ ਹਰ ਵਾਰੀ ਦੀ ਤਰ੍ਹਾਂ ਐਸੇ ਮੈਸੇਜ ਆਇਆ ਕਿ ਅਸੀਂ ਗ੍ਰੀਨ ਦੀਵਾਲੀ ਮਨਾਣੀ ਹੈ ਸਾਰਿਆਂ ਦਾ ਇਕੱਠਾ ਸੀ ਇਕੱਠਾ ਕਰਾਂਗੇ ਤੇ ਗ੍ਰੀਨ ਦੀਵਾਲੀ ਹੋਏਗੀ अदरवाइज ਦਿੱਕਤ ਦੇ ਬੰਦੇ ਦੀ ਤੇ ਕੋਈ ਫਾਇਦਾ ਨਹੀਂ ਹੈ ਅਗਰ ਅਸੀਂ ਸਾਰੇ ਦੇ ਸਾਰੇ ਪੰਜਾਬ ਸਾਰਾ ਅੰਮ੍ਰਿਤਸਰ ਸਾਰਾ ਇੰਡੀਆ ਸੋਚਾਂਗੇ ਆਪਾਂ ਗਰੀਨ ਦਿਵਾਲੀ ਮਨਾਣੀ ਹੈ ਤੇ ਗਰੀਨ ਦਿਵਾਲੀ ਹੋ ਜਾਏਗੀ ਗਰੀਨ ਦਿਵਾਲੀ ਦਾ ਮਤਲਬ ਹੈ ਇਹ ਹੁੰਦਾ ਪਟਾਕੇ ਦਾ ਧੂਆਂ ਘੱਟੋ ਘੱਟ ਹੋਵੇ ਮੈਨੂੰ ਇੱਕ ਹੋਰ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਮੇਰੇ ਵੱਲੋਂ ਇਹ ਐਡਵਾਈਸ ਹੈ ਕਿ ਉਹ ਘਰ ਦੇ ਅੰਦਰ ਰਹਿਣ ਤਾਂ ਕਿ ਉਹ ਬਚ ਸਕਣ ਇਸ ਧੂਏ ਤੋਂ ਇੱਕੋ ਰਾਤ ਦੀ ਗੱਲ ਹੁੰਦੀ ਹੈ ਅਗਰ ਅਸੀਂ ਘਰ ਦੇ ਅੰਦਰ ਰਹੀਏ ਤੇ ਉਹ ਬਚ ਸਕਦੇ ਆ ਦੂਸਰਾ ਸੀਓਪੀਡੀ ਐਸ ਮਾਂ ਜਿਹੜੇ ਦਮੇ ਦੇ ਮਰੀਜ਼ ਆ ਉਹਨਾਂ ਨੂੰ ਘਰ ਦੇ ਅੰਦਰ ਰਹਿਣਾ ਚਾਹੀਦਾ ਅਗਰ 24 ਆਰ ਜਾਂ 12 ਘੰਟੇ ਵੀ ਘਰ ਦੇ ਅੰਦਰ ਹੈ ਜੀ ਤੇ ਸਾਡੀ ਅਗਲਾ ਮਹੀਨਾ ਪੂਰਾ ਵਧੀਆ ਹੋ ਜਾਏਗਾ ਅਦਰਵਾਈਜ਼ ਪੂਰਾ ਮਹੀਨਾ ਲੱਗ ਜਾਂਦਾ ਦੁਬਾਰਾ ਖਾਂਸੀ ਨੂੰ ਠੀਕ ਕਰਨ ਵਾਸਤੇ ਜਿਹੜੇ ਸੀਓਪੀਡੀ ਔਰ ਦਮੇ ਦੇ ਪੇਸ਼ੈਂਟਸ ਨੂੰ ਧੂਏ ਤੋਂ ਪ੍ਰੋਬਲਮ ਆਉਂਦੀਆਂ ਐ ਤੀਸਰਾ ਡਾਇਬੀਟਿਕ ਪੇਸ਼ੈਂਟਸ ਨੂੰ ਜਾਂ ਅਦਰਵਾਈਜ਼ ਸਾਰਿਆਂ ਨੂੰ ਹੀ ਮੇਰੀ ਹਿਦਾਇਤ ਹੁੰਦੀ ਹੈ ਕਿ ਤੁਸੀਂ ਮਠਾਈਆਂ ਤੇ ਕਟੋ-ਕਟ ਜ਼ੋਰ ਤੇ ਉਹ ਮਿਨੀਮਮ ਪੋਸਿਬਲ ਮਠਾਈਆਂ ਖਾਓ ਤਾਂ ਕਿ ਤੁਹਾਡਾ ਸ਼ੂਗਰ ਅਨ ਕੰਟਰੋਲ ਨਾ ਹੋ ਜਾਏ ਔਰ ਉਹ ਜਿਹੜਾ ਗੰਦਾ ਸਪੂਰੀਅਸ ਕਿਓ ਜਾਂ ਮੱਖਣ ਜਾਂ ਜੋ ਵੀ ਵਿੱਚ ਪਾਇਆ ਹੁੰਦਾ ਹੈ ਕੋਆ ਵਗੈਰਾ ਉਹਦੇ ਕਰਕੇ ਤੁਹਾਡੀ ਸਿਹਤਾਂ ਖਰਾਬ ਹੋਏ ਇੱਕ ਮੈਂ ਖੁਸ਼ਖਬਰੀ ਹੋਰ ਦੇਣਾ ਚਾਹੁੰਦਾ ਕਿ ਸਾਹਮਣੇ 250 ਬੈੱਡ ਦਾ ਇੱਕ ਹਸਪਤਾਲ ਬਟਾਲਾ ਰੋਡ ਤੇ ਸਟਾਰਟ ਕੀਤਾ ਹੈ ਜਿਹਦੇ ਵਿੱਚ ਗੁਰਦੇ ਤੇ ਜਿਗਰ ਦੇ ਬਦਲਣ ਦਾ ਤੇ ਇਲਾਜ ਕਰਨ ਦਾ ਦੋਨਾਂ ਦੀ ਸਹੂਲਤ ਹੋ ਚਾਹੀ ਅਸੀਂ ਦੀਵਾਲੀ ਤੋਂ ਬਾਅਦ ਦਾ ਪੂਰਤ ਕਰਾਂਗੇ ਅੰਗੇ ਪੇਸ਼ੈਂਟ ਸਾਰੇ ਹਾਈਦਰਾਬਾਦ ਬੈਂਗਲੌਰ ਦਿੱਲੀ ਜਾਂਦੇ ਸੀ ਔਰ ਹੁਣ ਅਸੀਂ ਉਹ ਸਾਰਿਆਂ ਦਾ ਇਲਾਜ ਸਾਹਮਣੇ ਹਸਪਤਾਲ ਚ ਕਰਾਂਗੇ ਔਰ ਦੀਵਾਲੀ ਦੇ ਮੌਕੇ ਤੇ ਅਸੀਂ ਸ਼ੁਰੂ ਕਰ ਪਾਗੇ ਥੈਂਕ ਯੂ